ਮੇਰੇ ਨਬੀ ਨੂੰ ਅਦਾ ਕੀਤੇ ਨੇ ਇਸ ਬੰਦਾ ਜਦੋਂ ਸਮਝਦਾ ਤੇ ਅੱਗ ਨੂੰ ਲੱਗਦੀ 299 ਸੀ ਮੇਰੇ ਨਬੀ ਨੂੰ ਅਦਾ ਕੀਤੇ ਨੇ ਬੰਦਾ ਕਹਿੰਦਾ ਜੀ ਮੈਂ ਬਸ ਫੀਲ ਫੜ ਲਿਆ ਤੇ ਫਿਰ ਪਤਾ ਲੱਗਾ ਕਿ ਸਭ ਤੋਂ ਜ਼ਿਆਦਾ ਸ਼ੋਰ ਕਿਹਨੂੰ ਨੇ ਜਿਹਨੂੰ 999 ਸੇ ਮਿਲੇ ਨੇ ਆਪ ਨੂੰ 999 ਸੇ ਦਾ ਪਾਲ ਕੇ ਅਦਾ ਕੀਤੇ ਇੱਕ ਹਿੱਸਾ ਪੂਰੀ ਦੁਨੀਆ ਨੂੰ ਅਦਾ ਕੀਤਾ ਉਸ ਇੱਕ ਹਿੱਸੇ ਦੇ ਵਿੱਚੋਂ ਇੰਜੀਨੀਅਰ ਵੀ ਬਣੇ ਨੇ ਡਾਕਟਰ ਵੀ ਬਣੇ ਨੇ ਮੁਹੱਦਸ ਵੀ ਬਣੇ ਨੇ ਮੁਫੱਕਰ ਵੀ ਬਣੇ ਨੇ ਇੱਕ ਹਿੱਸੇ ਦੇ ਵਿੱਚੋਂ ਸਾਰੇ ਬਣੇ ਨੇ ਤੇ 999 ਹਿੱਸੇ ਅਦਾ ਕੀਤੇ ਨੇ ਤੇ ਫਿਰ ਸਭ ਤੋਂ ਜ਼ਿਆਦਾ ਸ਼ੋਰ ਕਿਹਦੇ ਕੋਲ ਹੈ ਅਸੀਂ ਸ਼ੋਰ ਲੱਭੀਏ ਇੱਧਰ ਉੱਧਰ ਇੱਧਰ ਉੱਧਰ ਸ਼ੋਰ ਨਹੀਂ ਲੱਭਦਾ ਸ਼ੋਰ ਲੱਭਦਾ ਮੇਰੇ ਨਬੀ ਦੇ ਤਰੀਕੇ 'ਚ ਜਿਹਨਾਂ ਨੂੰ ਅੱਲਾਹ ਪਾਕ ਨੇ ਇੰਨਾ ਕੁਛ ਅਦਾ ਕੀਤਾ ਤੇ ਸ਼ੋਰ ਲੱਭਦਾ ਉੱਥੋਂ ਤੇ ਫਿਰ ਤੇ ਬੰਦਾ ਕਹੇ ਕਿ ਆਪਣੀ ਮਰਜ਼ੀ ਦੇ ਨਾਲ ਕੰਮ ਬਣ ਜਾਏ ਅਤੇ ਆਪਣੀ ਮਰਜ਼ੀ ਨਾਲ ਕੰਮ ਨਹੀਂ ਬਣਦਾ ਬੰਦਾ ਤੇ ਆਪਣੀ ਹਸਤੀ ਕੋਲ ਬਾਅਦ ਜੀ ਬਸਤਾਮੀ ਰਹਿਮਤ ਉੱਲਾਹ ਲਏ ਆਪ ਦੇ ਕੋਲੋਂ ਸ਼ੇਰ ਅਲੀ ਸਾਹਿਬ ਬੈਠੇ ਨੇ ਬੰਦਾ ਵੀ ਸ਼ੇਰ ਹੈ ਬੰਦਾ ਵੀ ਸ਼ੇਰ ਹੈ ਅਤੇ ਨਾਮ ਵੀ ਸ਼ੇਰ ਹੈ ਖੁਦਾ ਦੀ ਕਸਮੇ ਥੋੜ੍ਹੀ ਜਿਹੀ ਗੱਲ ਨੁਕਤਾ ਸਮਝ ਲੱਗ ਗਈ ਅਲੀ ਸਾਹਿਬ ਥੋੜ੍ਹਾ ਜਿਹਾ ਹੱਥ ਵੀ ਬੰਨ ਕੇ ਬੈਠਣਾ ਚਾਹੀਦਾ ਕਿਉਂਕਿ ਮੈਂ ਗੱਲ ਕਿਸੇ ਦੁਨੀਆਦਾਰ ਦੀ ਨਹੀਂ ਕਰਦਾ ਪਿਆ ਇਹ ਬਸ ਬਸ ਸੁਣਿਆ ਜੀ ਹੱਥ ਇਹਨਾਂ ਕੋਲ ਡੋਲ ਕਰਨਾ ਤਾਂ ਕਿ ਅਸੀਂ ਪਤਾ ਲੱਗੇ ਕਿ ਗੱਲ ਸਰਕਾਰ ਦੀ ਹੋ ਰਹੀ ਹੈ ਬੰਦਾ ਅਦਬ ਦੇ ਨਾਲ ਬੈਠਿਆ ਵਾਜ ਦੀ ਬਸਤਾਮੀ ਆਪ ਦੇ ਕੋਲ ਔਰਤ ਨੇ ਸਵਾਲ ਕਰ ਦਿੱਤਾ ਔਰਤ ਨੇ ਸਵਾਲ ਕੀਤਾ ਉਹਨੇ ਕਿਹਾ ਜੀ ਬਾਬਾ ਤੇਰੀ ਦਾੜੀ ਦੇ ਵਾਲ ਅਫਜ਼ਲ ਨੇ ਕਿ ਮੇਰੇ ਗਦੇ ਦੀ ਕੁਛ ਦੁੰਗ ਦੇ ਵਾਲ ਅਫਜ਼ਲ ਨੇ ਬਾਈ ਜੀ ਗੁਸਾਮੀ ਆਪ ਫਿਰ ਪਰੇਸ਼ਾਨ ਨਹੀਂ ਹੋਏ ਆਪ ਜਲਾਲ ਨਹੀਂ ਆਏ ਆਪ ਜ਼ਾਰੋ ਕਦਾਰ ਖੁਦਾ ਦੀ ਕਸਮੇ ਆਪ ਦੀ ਅੱਖਾਂ 'ਚ ਆਂਸੂ ਆ ਗਏ ਆਪ ਦੀ ਅੱਖਾਂ 'ਚ ਆਂਸੂ ਆ ਗਏ ਆਪ ਨੇ ਫਰਮਾਇਆ ਕਿ ਮਾਈ ਹਾਲੇ ਮੇਰੇ ਕੋਲ ਇਹਦਾ ਜਵਾਬ ਨਹੀਂ ਹਾਲੇ ਮੇਰੇ ਕੋਲ ਜਵਾਬ ਨਹੀਂ ਮੈਂ ਮਰਨ ਤੋਂ ਬਾਅਦ ਇਹਦਾ ਜਵਾਬ ਦੇਵਾਂਗਾ ਆਪ ਦੁਨੀਆ ਤੋਂ ਪਰਦਾ ਫਰਮਾ ਗਏ ਉਹ ਮਾਈ ਖਾਬ ਦੇ ਵਿੱਚ ਆਈ ਉਹਨੇ ਕਿਹਾ ਬਾਬਾ ਮੇਰਾ ਸਵਾਲ ਉੱਥੇ ਦਾ ਉੱਥੇ ਖਲੋਤਾ ਹੈ ਖਾਬ 'ਚ ਮਾਈ ਆਈ ਉਹਨੇ ਕਿਹਾ ਮੇਰਾ ਸਵਾਲ ਉੱਥੇ ਖਲੋਤਾ ਹੈ ਆਪ ਨੇ ਫਰਮਾਇਆ ਕਿ ਬੀਬੀ ਮੇਰੀ ਦਾੜੀ ਤੇਰੇ ਗਦੇ ਦੇ ਦੁੰਗ ਦੇ ਨਾਲੋਂ ਹਜ਼ਾਰ ਗੁਣਾ ਬਿਹਤਰ ਹੈ ਹਜ਼ਾਰ ਗੁਣਾ ਬਿਹਤਰ ਹੈ ਕਿਉਂ ਬਿਹਤਰ ਹੈ ਆਪ ਨੇ ਫਰਮਾਇਆ ਕਿ ਮੈਂ ਇਮਾਨ ਦੀ ਹਾਲਤ 'ਚ ਦੁਨੀਆ ਤੋਂ ਆਇਆ ਮੈਂ ਇਮਾਨ ਦੀ ਹਾਲਤ 'ਚ ਦੁਨੀਆ ਤੋਂ ਆਇਆ ਮੈਂ ਬੇਈਮਾਨ ਨਹੀਂ ਆਇਆ ਇਮਾਨ ਦੀ ਹਾਲਤ 'ਚ ਆਇਆ ਮੇਰੀ ਦਾੜੀ ਤੇਰੇ ਗਦੇ ਦੀ ਦੁੰਗ ਦੇ ਨਾਲੋਂ ਹਜ਼ਾਰ ਗੁਣਾ ਬਿਹਤਰ ਹੈ